ਅਸਲਾਮੁਆਲਿਕਮ ਸਿਆਸੀ ਯਾਰਾਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤੇ ਮਿਠਾ ਜੀ ਬੜੀਆਂ ਖਬਰਾਂ ਲੈ ਕੇ ਇੱਕ ਵਾਰੀ ਫੇਰ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਇਹ ਹਨੇਰੀ ਜਿਹੜੀ ਇਹ ਮੈਨੂੰ ਲੱਗਦਾ ਇਹ ਵੱਗ ਚੁੱਕੀ ਹੈ ਤੇ ਮੈਂ ਆਪਣਾ ਕਾਗਜ਼ ਪੱਤਰ ਨਾਲ ਨਾਲ ਸਿੱਧਾ ਕਰਦਾ ਜਾ ਯਕੀਨ ਕਰੋ ਕਿ ਮੌਸਮ ਦਾ ਇੱਥੇ ਯੂਰਪ ਦੇ ਵਿੱਚ ਜ਼ਰਾ ਵੀ ਖਾਸ ਤੌਰ ਤੇ ਸਾਡੇ ਖਿੱਤੇ ਦੇ ਵਿੱਚ ਤੇ ਇੱਕ ਮਿੰਟ ਦਾ ਵੀ ਵਿਸਾ ਨਹੀਂ ਖਾਦਾ ਜਾਂਦਾ ਵੇ ਕਿਸ ਵਕਤ ਮੌਸਮ ਕੀ ਹੈ ਤੇ ਕਿਸ ਵਕਤ ਮੌਸਮ ਕੀ ਹੈ ਤੇ ਪਾਕਿਸਤਾਨ ਦੇ ਵਿੱਚ ਵੀ ਇਸ ਵਕਤ ਸਿਆਸੀ ਹਾਲਾਤ ਦਾ ਇਹੋ ਹੀ ਹਿਸਾਬ ਹੈ ਕੋਈ ਪਤਾ ਨਹੀਂ ਵੇ ਕਿੱਥੇ ਇਹ ਖੇਡ ਜਿਹੜੀ ਹੈ ਨਾ ਉਹ ਕਿਸੇ ਦੀ ਮੁੱਕ ਜਾਏ ਠੀਕ ਹੈ ਇਹ ਤੁਹਾਡੇ ਸਾਰਿਆਂ ਦੀ ਬੜੀ ਖਾਸ ਇੱਕ ਖਾਨ ਸਾਹਿਬ ਜਿਹੜੇ ਨੇ ਉਹ ਕਦੋਂ ਗ੍ਰਿਫਤਾਰ ਹੋ ਰਹੇ ਨੇ ਤੇ ਅੱਜ ਅਸੀਂ ਕਾਫੀ ਚੀਜ਼ਾਂ ਤੁਹਾਡੇ ਗੋਸ਼ਕੁਜ਼ਾਰ ਕਰਨੀਆਂ ਨੇ ਕਾਫੀ ਅੰਦਰ ਦੀਆਂ ਚੀਜ਼ਾਂ ਤੁਹਾਡੇ ਆਸਤੇ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਤੁਹਾਨੂੰ ਤੁਹਾਡੀ ਪੂਰੀ ਚਾਹੀਦੀ ਹੈ ਪਹਿਲੀ ਖਬਰ ਤੇ ਆਜੋ ਏ ਨਿਆਜ਼ੀ ਦੇ ਫੌਜ ਦੇ ਉੱਤੇ ਹਮਲਿਆਂ ਵਾਸਤੇ ਬੁਰਕਾ ਪੋਸ਼ ਫੌਜ ਤਿਆਰ ਨਿਆਜ਼ੀ ਨੇ ਫੌਜ ਦੇ ਉੱਤੇ ਦੁਬਾਰਾ 9 ਮਈ ਵਰਗਾ ਵਾਕਿਆ ਕਰਨ ਵਾਸਤੇ ਬੁਰਕਾ ਪੋਸ਼ ਫੌਜ ਤਿਆਰ ਕਰ ਰਿਹਾ ਹੈ ਬਹੁਤ ਵੱਡੀ ਖਬਰ ਇਹਦੇ ਵਿੱਚ ਅਸੀਂ ਤੁਹਾਨੂੰ ਦਿਆਂਗੇ ਜਿਸ ਤਰ੍ਹਾਂ 8 ਮਹੀਨੇ ਪਹਿਲੇ ਮੈਂ ਕਿਹਾ ਸੀ ਕਿ ਅੰਦਰ ਖਾਮੇ ਲੱਗੇ ਨੇ ਖਾਮਾ ਬਸਤੀ ਬਣੀ ਹੈ ਕਾਬਲੀਆਂ ਦੀ ਵੇ ਆਪਣਾ ਧਿਆਨ ਕਰ ਲੋ ਕਿ ਮੇਰੀ ਕਿਸੇ ਗੱਲ ਨਹੀਂ ਉਦੋਂ ਵੀ ਮਨੀ ਜ਼ਹਿਰੀ ਗੱਲ ਉਹਦੋਂ ਜੇ ਬਾਜਵਾ ਐਸੀ ਉਦੋਂ ਅਜੇ ਪਤਾ ਨਹੀਂ ਕਿਦੀਆਂ ਕਿਦੀਆਂ ਵਾਕਿਆਤ ਸੀ ਕੀ ਕੀ ਖੇਡ ਖੇਡੇ ਜਾ ਰਹੇ ਸੀ ਲਾਂਗ ਮਾਰਚ ਕਰਵਾਏ ਜਾ ਰਹੇ ਸੀ ਲਬੱਟੀ ਚੌਕ ਦੇ ਵਿੱਚ ਜਲਸੇ ਕਰਵਾਏ ਜਾ ਰਹੇ ਸੀ ਹਾਫਿਜ਼ ਸਾਹਿਬ ਸਾਦੀ ਉਹ ਰਕਵਾਣਾ ਸੇ ਤਕਰ ਰਹੀ ਲੇਕਿਨ ਅਸੀਂ ਬਾਰ ਬਾਰ ਕਹਿੰਦੇ ਰਹੇ ਲੇਕਿਨ ਵਾਜਾ ਮਾਰੀਆਂ ਬੁਲਾਇਆ ਕਈ ਵਾਰ ਮੈਂ ਲੇਕਿਨ ਸਾਲੀ ਕਿਸੇ ਨੇ ਗੱਲ ਹੀ ਨਹੀਂ ਸੁਣੀ ਤੇ ਹੋਣ ਕਹਿੰਦੇ ਨੇ ਕਿ ਮਿੱਠਾ ਜੀ ਤੁਸੀਂ ਠੀਕ ਕਹਿੰਦੇ ਸੀ ਠੀਕ ਹੈ ਨਾ ਮਿੱਠਾ ਜੀ ਠੀਕ ਹੈ ਅਗਲੀ ਖਬਰ ਹੈ ਮਲਕ ਰਿਆਜ਼ ਵਾਦਾ ਮਾਫਕਵਾ ਮਲਕ ਰਿਆਜ਼ ਵਾਦਾ ਮਾਫਕਵਾ ਤੇ ਨਿਆਜ਼ੀ ਨੂੰ ਸਜ਼ਾਏ ਮੌਤ ਖੁੱਲ ਕੇ ਮੈਂ ਗੱਲ ਕਰਦੀ ਹੁੰਦੀ ਹੈ ਇਹ ਇਸ਼ਾਰਿਆਂ ਕਨਾਇਿਆਂ ਚ ਕਰਨ ਦਾ ਫਾਇਦਾ ਕੋਈ ਨਹੀਂ ਹੁੰਦਾ ਨਾ ਹੀ ਲੋਕਾਂ ਨੂੰ ਸਮਝ ਆਉਂਦੀ ਹੈ ਤੇ ਨਾ ਹੀ ਸਾਨੂੰ ਚਾਅ ਆਉਂਦੀ ਹੈ ਕਿ ਅਸੀਂ ਗੱਲ ਨੂੰ ਛੁਪਾ ਕੇ ਕਰੀਏ ਠੀਕ ਹੈ ਤੇ ਔਰ ਅਗਲੀ ਖਬਰ ਦਿਆਂਗੇ ਸ਼ੁਜਾਤ ਹੁਸੈਨ ਨੇ ਕੈਦੋਂ ਨੂੰ ਬਚਾ ਲਿਆ ਤੇ ਨਗਰਾਨ ਵਜ਼ੀਰ ਆਜ਼ਮ ਦਾ ਨਾਮ ਵੀ ਫਾਈਨਲ ਹੋ ਗਿਆ ਇਹ ਤਿੰਨ ਚਾਰ ਗੱਲਾਂ ਮੈਂ ਤੁਹਾਡੇ گوشਗੁਜ਼ਾਰ ਕਰਨੀਆਂ। ਪਹਿਲੀ ਖਬਰ ਤੇ ਆਜੋ। ਨਿਆਜ਼ੀ ਜਿਹੜਾ ਉਹਨੇ ਫੌਜ ਦੇ ਉੱਤੇ ਹਮਲੇ ਕਰਨ ਆਸਤੇ ਦੁਬਾਰਾ ਤੋਂ ਫਿਰ ਸਫ ਬੰਦੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ। ਔਰ ਬਾਹਰ ਦੇ ਆ ਮੁਲਕਾਂ ਦੇ ਵਿੱਚ ਜਿਹੜੀ ਦੀ ਸੋਸ਼ਲ ਮੀਡੀਆ ਦੀ ਟੀਮ ਬੈਠੀ ਹੈ ਖਾਸ ਤੌਰ ਤੇ ਜਿਹੜੇ ਲਾਈਵ ਪ੍ਰੋਗਰਾਮ ਕਰਦੇ ਨੇ ਟਿਕਟਾਕ ਤੇ ਕੁਛ ਮਾਈਆਂ ਨੇ ਕੁਛ ਮੁੰਡੇ ਨੇ ਕੋਈ YouTube ਤੇ ਸਾਰੇ 1973 ਵਾਲੇ ਇਹ ਉਹ ਲੋਕ ਨੇ ਜਿਹੜੇ ਬਾਹਰ ਬੈਠੇ ਨੇ ਇਹਨਾਂ ਦਾ ਪਾਕਿਸਤਾਨ ਨਾਲ ਕੋਈ ਲੈਣਾ ਦੇਣਾ ਨਹੀਂ ਇੱਕ ਸਾਬ ਦਾ ਲੇਕਿਨ ਬਾਹਰ ਬੈ ਕੇ ਪਾਕਿਸਤਾਨ ਦੇ ਵਿੱਚ ਜਿਹੜੇ ਮਾਸੂਮ ਸ਼ਹਿਰੀ ਨੇ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਬਾਹਰ ਨਿਕਲਣਾ ਹੋਂ ਜਦੋਂ ਖਾਨ ਦੀ ਗ੍ਰਿਫਤਾਰੀ ਹੋਣੀ ਹੈ ਤੁਸੀਂ ਡਰਨਾ ਨਹੀਂ ਜੇਲ੍ਹ ਵਿੱਚ ਕੁਝ ਵੀ ਨਹੀਂ ਹੁੰਦਾ ਬਸ ਸਿਰਫ ਪੱਖਾ ਹੀ ਨਹੀਂ ਦਿੰਦੇ ਰੋਟੀ ਨਹੀਂ ਟਾਈਮ ਤੇ ਦਿੰਦੇ ਬਾਕੀ ਤਾਂ ਉੱਥੇ ਬੜੀ ਅਜਾਸ਼ੀ ਹੈ ਤੁਸੀਂ ਨਿਕਲ ਨਹੀਂ ਨਿਕਲਣਾ ਇਹ ਸੋਸ਼ਲ ਮੀਡੀਆ ਜਿਹੜੀ ਹੈ ਨਾ ਇਹ ਬਾਹਰ ਬੈ ਕੇ ਇਹ ਗੱਲਾਂ ਇਹਨਾਂ ਦੀ ਕਰਦੀ ਹੈ ਵੀ ਲੋਕਾਂ ਨੂੰ ਹੁਣ ਦੁਬਾਰਾ ਆਸਤਾ ਆਸਤਾ ਉਕਸਾਉਣ ਦੀ ਕੋਸ਼ਿਸ਼ ਕਰਦੀ ਹੈ ਵੀ ਤੇ ਮੈਂ ਫਿਰ ਇੱਕ ਵਾਰੀ ਕਹਾਂਗਾ ਬਸ ਜਿੰਨੇ ਵੀ ਤੁਸੀਂ ਬਾਹਰ ਬੈ ਕੇ ਪਾਕਿਸਤਾਨ ਦੇ ਖਿਲਾਫ ਇਹ ਪ੍ਰੋਪਾਗੈਂਡਾ ਕਰ ਰਹੇ ਹੋ ਫੱਕੀ ਮਿਲਣੀ ਹੈ ਜ਼ਰੂਰ ਮਿਲਣੀ ਹੈ ਉਹ ਬਰਾਬਰ ਮਿਲਣੀ ਹੈ ਔਰ ਐਸੀ ਮਿਲਣੀ ਹੈ ਕਿ ਦੁਬਾਰਾ ਡਾਕਟਰ ਜਾਂ ਹਕੀਮ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਰਹਿਣੀ ਕਿਉਂਕਿ ਸ਼ਾਹ ਜੀ ਦੀ ਫੱਕੀ ਮਸ਼ਹੂਰੀ ਬੜੀ ਹੈ ਮੇਰੇ ਮਿੱਠੇ ਸ਼ਾਰਾਂ ਦੀ ਠੀਕ ਹੈ ਨਾ ਅੱਛਾ ਹੁਣ ਖਬਰ ਇਹ ਵੇ ਕਿ ਕੋਈ 20 ਦੇ ਕਰੀਬ ਬੰਦੇ ਜੇਲ੍ਹ ਦੇ ਵਿੱਚੋਂ ਛੁੱਟਦੇ ਨੇ ਕਾਰਕੁਨ ਤਰੀਕੇ ਇਨਸਾਫ ਦੇ ਨਾਲ ਦੇ ਆ ਜ਼ਿਲ੍ਹਿਆਂ ਚੋਂ ਕੁਝ 2 4 ਗੁਜਰਾਂ ਵਾਲੇ ਦੇ ਕੋਈ ਸਿਆਲਕੋਟ ਦੇ ਕੋਈ ਕਸੂਰ ਦੇ ਕੋਈ ਇਧਰੋਂ ਲਾਹੌਰ ਦੇ ਉਹਨਾਂ ਨੇ ਹੋਣ ਜਿਹੜਾ ਨਾ ਮਿਲਣਾ ਸੀ ਜਾ ਕੇ Imran Khan ਜ਼ਿਆਰੀ ਗਾਲੇ ਉੱਥੇ ਸਾਰੀਆਂ ਏਜੰਸੀਆਂ ਜਿਹੜੀਆਂ ਨੇ ਉਹ ਮੁਥਰਕ ਨੇ ਹਰ ਆਣ ਜਾਣ ਆਲੇ ਦੀ ਤਲਾਸ਼ੀ ਹੁੰਦੀ ਹੈ ਉਹਦਾ ਕਵਾਇਫ ਜਮਾ ਕੀਤੇ ਜਾਂਦੇ ਨੇ ਉਹਦਾ شناختੀ ਕਾਰਡ ਉਹਦਾ ਘਾਰ ਬੂਆ ਫੋਨ ਨੰਬਰ ਪਿਓ ਸਾਰਾ ਕੁਝ ਪਤਾ ਕੀਤਾ ਜਾਂਦਾ ਉਹ ਜਨਾਬ ਹੁੰਦਾ ਐ ਜਿਹੜੇ ਉਹ ਜਿਹੜੇ ਬੰਦੇ ਉੱਥੋਂ ਰਿਹਾ ਹੋ ਕੇ ਆਏ ਸੀ ਨਾ ਉਹਨਾਂ ਸਾਰਿਆਂ ਨੇ ਬੁਰਕੇ ਪਾਏ ਬੁਰਕੇ ਪਾ ਕੇ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਖੋਪੇ-ਸ਼ੋਪੇ ਵੀ ਅੱਗੇ ਲਾਏ ਯਾਨੀ ਕਿ ਉਹ ਪੂਰਾ ਇੱਕ ਉਹਨਾਂ ਸਾਹਬ ਲਾਇਆ ਪੂਰੇ ਬਰਵਟਿਆਂ ਦੇ ਉੱਤੇ ਵੀ ਉਹ ਲੀਕਾਂ ਸ਼ਿੱਕਾਂ ਮਾਰੀਆਂ ਔਰ ਪੂਰਾ ਯਾਰ ਜਿਵੇਂ ਐ 1973 ਵਾਲਿਆਂ ਦੀਆਂ ਜਿਹੜੀਆਂ ਮਾਈਆਂ ਨੇ ਜਿਨ੍ਹਾਂ ਨੂੰ ਅਸੀਂ ਪਾਕਿਸਤਾਨ ਦੇ ਵਿੱਚ ਵੀ ਸ਼ਾਇਦ ਤੁਹਾਨੂੰ ਨਜ਼ਰ ਆਂਦੀਆਂ ਹੋਣ ਜਿਸ ਮਾਈ ਨੇ ਪੂਰਾ ਬੰਨ ਕੇ ਬਰਕਾ ਪਾਇਆ ਹੁੰਦਾ ਨਾ ਔਰ ਬੜਾ ਮਾਡਰਨ ਬਰਕਾ ਹੁੰਦਾ ਯਾਨੀ ਕਿ ਸਟਾਈਲਿਸ਼ ਮਾਡਰਨ ਔਰ ਪੂਰਾ ਜਨਾਬ ਉਹਨੇ ਅੰਜ ਚੋਟੀ ਅੰਜ ਕੱਢ ਕੇ ਰੱਖੀ ਹੁੰਦੀ ਯਾਰ ਸ਼ਾਇਦ ਕਿ ਬੜੀ ਕੋ ਮਾਡਰਨ ਸ਼ੈਵ ਉਹ ਮਾਈ 1973 ਵਾਲਿਆਂ ਦੀ ਹੁੰਦੀ ਹੈ ਇੱਥੇ ਯੂਰਪ ਦੇ ਵਿੱਚ ਵੀ ਜਦੋਂ ਅਸੀਂ ਮਾਈਆਂ ਵੇਖਦੇ ਹਾਂ ਉਹਨਾਂ ਜਿਹੜਾ ਬਰਕਾ ਪਾਇਆ ਹੁੰਦਾ ਨਾ ਉਹ 1973 ਵਾਲੀ ਹੁੰਦੀਆਂ ਹਨ ਏ ਉਹਨਾਂ ਦੇ ਅੰਦਰ ਇੱਕ ਨਾ ਸ਼ਿਕ ਕੇ ਸੌਦਾ ਇਹ ਇੱਕ ਅਟ੍ਰੈਕਸ਼ਨ ਉਹਨਾਂ ਰੱਖੀ ਹੈ ਠੀਕ ਹੈ ਨਾ ਇਹ ਉਹ ਜਿਹੜੇ ਦੋ ਕੁ ਦਰਜਨ ਉਥੋਂ ਮੁੜੇ ਰਿਆ ਹੁੰਦੇ ਨੇ ਜੇਲ੍ਹ ਵਿੱਚੋਂ ਤੇ ਇਹ ਜ਼ੈਰੀ ਗਾਲੇ ਉਸ ਅੱਡੇ ਤੇ ਜਾਂਦੇ ਨੇ ਜਿਸ ਅੱਡੇ ਦੇ ਉੱਤੇ ਫੈਕਟਰੀ ਤਿਆਰ ਹੁੰਦੀ ਉਥੋਂ ਇਹ ਬਰੁਕੇ ਪਾਉਂਦੇ ਨੇ ਔਰ ਸਾਰੇ ਉਸਮਾਨ ਔਰਤਾਂ ਵਾਲੇ ਤੇ ਮੇਕਅਪ ਤੇ ਉਹ ਸਾਰਾ ਅੱਖਾਂ ਨੂੰ ਸਿੱਧਿਆ ਕਰਨਾ ਬਰਵਟੇ ਮੁੰਨੇ ਸਾਰਾ ਕੁਝ ਕਰ ਕਰਕੇ ਨਾ ਇਹ ਉਥੇ ਕਿਸੇ ਤਰੀਕੇ ਵੜ ਜਾਂਦੇ ਨੇ ਉੱਥੇ ਅੰਦਰ ਜ਼ਮਾਨ ਪਾਰਕ ਵਿੱਚ ਵੜ ਜਾਂਦੇ ਨੇ ਉਹ ਹੁੰਦਾ ਇੰਜ ਐ ਬਈ ਜਦੋਂ ਤੁਸੀਂ ਵੜ ਤੇ ਜਾਂਦੇ ਹੋ ਜਦੋਂ ਤੁਸੀਂ ਨਿਕਲਣਾ ਹੁੰਦਾ ਨਾ ਉਦੋਂ ਤੁਹਾਡੇ ਕਵਾਇਫ ਜਮ ਇੱਕ ਅਥੇ ਕਿਤੇ ਜਾਂਦੇ ਨੇ ਬਾਹਰ ਖਲੋਤੀਆਂ ਨੇ ਏਜੰਸੀਆਂ ਉਹ ਫੜ ਲੈਂਦੇ ਨੇ ਕਿ ਹਾਂ ਵੀ ਤੂੰ ਅੰਦਰ ਮਿਲ ਕੇ ਆਇਆ ਖਾਨ ਸਾਹਿਬ ਨੂੰ ਤੂੰ ਕੌਣ ਹੈ ਕਿਸ ਚੱਕਰੇ ਚ ਤੂੰ ਵਕੀਲ ਹੈ ਤੂੰ ਕੋਈ ਬਰਿਸਟਰ ਹੈ ਤੂੰ ਕੋਈ ਡਾਕਟਰ ਹੈ ਤੂੰ ਕੋਈ ਬਵਾਸੀਰ ਚੈੱਕ ਕਰਨ ਆਇਆ ਜਾਂ ਤੂੰ ਕੋਈ ਰਮਲ ਟਾਈਪ ਹੈ ਛੱਲਾ ਦੇਜਾ ਨਿਸ਼ਾਨੀ ਕਰਵਾਉਣ ਆਇਆ ਜਾਂ ਤੇਰੇ ਅੰਦਰ ਉਹ ਕੋਈ ਮਸਲੇ ਆ ਤੋ ਕਟੂਏ ਤੇ ਗਿਆ ਇਹ ਵੱੜ ਤੇ ਜਾਂਦੇ ਨੇ ਤੇ ਜਦੋਂ ਬਾਹਰ ਨਿਕਲਦੇ ਨੇ ਤੇ ਉਹ ਜਾਂ ਜਾਂ ਜੇ ਬਾਹਰ ਨਿਕਲਦੇ ਨੇ ਤੇ ਅੱਗੋਂ ਇਹਨਾਂ ਨੇ ਜੈਰੀ ਗੱਲ ਇੱਕ ਉਹ ਰੱਖਸ਼ਾ ਟੈਕਸੀ ਲੈ ਕੇ ਕਿਧਰ ਜਾਣਾ ਸੀ ਉਹ ਅੱਗੇ ਖਲੋਤੇ ਸਣ ਬੇਲੀ ਅੱਧੇ ਕੋਜੇ ਬਾਹਰ ਨਿਕਲੇ ਨੇ ਤੇ ਅੱਧੇ ਅਜੇ ਅੰਦਰ ਹੀ ਸਣ ਉਹ ਅੱਧੇ ਜਦੋਂ ਨਿਕਲੇ ਨੇ ਤੇ ਉਹਨਾਂ ਨੇ ਪੁਲਸ ਵਾਲਿਆਂ ਨੇ ਇੱਕ ਨੂੰ ਫੜਿਆ ਮਾਈ ਨੂੰ ਜਿਹੜਾ ਮੁੰਡਾ ਸੀ ਜਿੰਨੇ ਬੁਰਕਾ ਪਾਇਆ ਸੀ ਤੇ ਉਹਨਾਂ ਨੇ ਪੁੱਛਿਆ ਕਿਧਰ ਤੇ ਅੱਗੋਂ ਉਹਨੇ ਦੌੜ ਲਾ ਦਿੱਤੀ ਨਹਿਰਜ ਪਰਾਂ ਪੁਲਿਸ ਨੇ ਖਿਆਰ ਨੂੰ ਫੜ ਲਿਆ ਫੜਨ ਤੋਂ ਬਾਅਦ ਜਿਹੜੇ ਦੂਜੇ 6-7 ਸੀ ਉਹ ਵੀ ਸਜੇ ਖੱਬੇ ਕੋਈ ਝਾੜੀਆਂ ਕੋਈ ਰਖਸ਼ੇ ਕੋਈ ਕਿਦਰ ਉਹਨਾਂ ਉਹ ਵੀ ਫੜ ਲਿਆ ਫੜ ਕੇ ਉਹ ਥਾਣੇ ਲੈ ਜਾਂਦੇ ਨੇ ਥਾਣੇ ਲਿਜਾ ਕੇ ਤੇ ਜਦੋਂ ਉਹਨਾਂ ਦਾ ਉਹ ਨਕਾਬ ਖੋਲੇ ਨੇ ਤੇ ਪੂਰਾ ਸਾਹਤ ਅੱਗੋਂ ਜਵਾਨ ਮੁੰਡੇ ਨਿਕਲਾਏ ਉਹਨਾਂ ਦੀਆਂ ਸ਼ਰਟਾਂ ਖੋਲ ਕੇ ਕਮੀਜ਼ਾਂ ਖੋਲ ਕੇ ਵਿੱਚੋਂ ਖੋਪੇ ਉਹਨਾਂ ਕੱਢੇ ਮਤਲਬ ਤੁਸੀਂ ਅੰਦਾਜ਼ਾ ਲਾ ਲਓ ਬਈ ਗੱਲ ਕਿਸ ਹੱਦ ਤੱਕ ਵੱਧ ਚੁੱਕੀ ਹੈ ਸ਼ਾ ਜੀ ਔਰ ਜਦੋਂ ਪਤਾ ਕੀਤਾ ਗਿਆ ਸਾਰੀ ਇਨਫਰਮੇਸ਼ਨ ਇਕੱਠੀ ਕੀਤੀ ਗਈ ਇਨਵੈਸਟੀਗੇਸ਼ਨ ਕੀਤੀ ਗਈ ਤੇ ਉਥੋਂ ਪਤਾ ਇਹ ਲੱਗਦਾ ਇੱਕ ਬੁਰਕਾ ਪੋਸ਼ ਫੌਜ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਬਾਜੋੜ ਤੋਂ ਵੀ ਬੰਦੇ ਆ ਰਹੇ ਨੇ ਅਫਗਾਨਿਸਤਾਨ ਤੋਂ ਵੀ ਬੰਦੇ ਆ ਰਹੇ ਨੇ ਔਰ ਲਾਹੌਰ ਦੇ ਵਿੱਚ ਹੀ ਉਹ ਕਿਧਰੇ ਨਾ ਕਿਧਰੇ ਇਕੱਠੇ ਹੋ ਰਹੇ ਨੇ ਔਰ ইমরান ਖਾਨ ਜਿਹੜਾ ਹੈ ਉਹਨੇ ਇਹ ਪੈਗਾਮ ਵੀ ਜਾਰੀ ਕਰ ਦਿੱਤਾ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਸਾਡੀ ਤਰ੍ਹਾਂ ਆ ਕੇ ਹੁਣ ਇਹ ਕਰਦਾ ਨਹੀਂ ਸੋਸ਼ਲ ਮੀਡੀਆ ਜਿਵੇਂ ਅਸੀਂ ਕਰਨੇ ਉਨੇ ਪੈਗਾਮ ਵੀ ਜਾਰੀ ਕਰ ਦਿੱਤਾ ਬਈ ਤੁਸਾਂ ਡਰਨਾ ਨਹੀਂ ਤੁਸਾਂ ਮਰਨਾ ਤੁਸਾਂ ਹਕੀਕੀ ਆਜ਼ਾਦੀ ਲੈਣੀ ਹੈ ਤੁਸਾਂ ਕਿਸੇ ਵੀ ਹਾਲਤ ਵਿੱਚ ਬਾਹਰ ਨਿਕਲਣਾ ਹੈ ਮੈਨੂੰ ਇਹਨਾਂ ਗ੍ਰਿਫਤਾਰ ਕਰਨਾ ਹੈ ਮੈਨੂੰ ਇਹਨਾਂ ਫੜਨਾ ਹੈ ਮਤਲਬ ਤੁਸੀਂ ਇਹਦਾ ਤਰ੍ਹਾਂ ਅੰਦਾਜ਼ਾ ਲਾ ਲਓ ਉਹ ਕਹਿ ਰਿਹਾ ਕਿ ਮੈਨੂੰ ਇਹਨਾਂ ਗ੍ਰਿਫਤਾਰ ਕਰਨਾ ਹੈ ਤੇ ਤੁਸੀਂ ਮੇਰੀ ਗ੍ਰਿਫਤਾਰੀ ਦੇ ਬਦਲੇ ਫੌਜ ਦੇ ਉੱਤੇ ਦੁਬਾਰਾ ਹਮਲੇ ਕਰਨੇ ਹਨ ਔਰ ਇਸ ਵਕਤ ਵੀ ਜ਼ਮਾਨ ਪਾਰਕ ਦੇ ਵਿੱਚ ਕੋਈ 100 150 ਦੇ ਕਰੀਬ ਬੁਰਕਾ ਪੋਸ਼ ਜੰਗਜੂ ਜਿਹੜੇ ਨੇ ਉਹ ਮੌਜੂਦ ਨੇ ਜੋ ਸਾਡੇ ਕੋਲ ਜ਼ਰਾਏ ਸਮਝ ਆ ਰਿਹਾ ਕੁਝ ਲੋਕ ਵਕੀਲਾਂ ਦੇ ਰੂਪ ਵਿੱਚ ਉੱਥੇ ਜਾ ਰਹੇ ਨੇ ਔਰ ਫਿਰ ਉਹ ਬਾਹਰ ਨਹੀਂ ਆਉਂਦੇ ਉੱਥੇ ਅੰਦਰ ਖੈਮਾ ਜਣੀ ਜਿਹੜੀ ਅੰਦਰ ਵਾਲੇ ਹਿੱਸੇ 'ਚ ਬਾਹਰ ਤੇ ਹੁਣ ਏਜੰਸੀਆਂ ਖਲੋਤੀਆਂ ਨੇ ਉੱਥੇ ਤੇ ਖੈਮਾ ਹੋਣ ਲੱਗ ਨਹੀਂ ਸਕਦਾ ਅੰਦਰ ਵਾਲੇ ਖਾਤੇ 'ਚ ਜਿੱਥੇ ਟੋਚੀ ਖਾਨਾ ਨੇ ਖੈਮੇ ਲਾਏ ਸੀ ਜੋ ਉੱਥੋਂ ਕੱਟਕਾਈ ਸਾਰੀ ਕਰਦੇ ਸੀ ਉੱਥੇ ਕਹਿਣ ਵਾਲੇ ਕਿਦ ਨੇ ਕਿ 100 150 ਜੰਗਜੂ ਵਕੀਲਾਂ ਦੇ ਰੂਪ ਵਿੱਚ ਯਾ ਇਸ ਤਰ੍ਹਾਂ ਦੇ ਕੋਈ ਚੱਕਰ ਜਿਹੜੀ ਅੱਜ ਕੱਲ ਵਕੀਲਾਂ ਦੇ ਵਫਦ ਨਹੀਂ ਜਾ ਰਹੇ ਉਹਨਾਂ ਦੇ ਰੂਪ ਵਿੱਚ ਉੱਥੇ ਵੜ ਗਏ ਨੇ ਦੁਬਾਰਾ ਉਹ ਨਿਕਲਦੇ ਨਹੀਂ ਜਿਹੜਾ ਕੋ ਹਰ ਵਫਦ ਦੇ ਵਿੱਚ 10 20 ਚਲੇ ਜਾਂਦੇ ਨੇ ਤੇ ਉਹ ਫਿਰ ਬਾਹਰ ਨਹੀਂ ਆਉਂਦੇ ਤੇ ਇਸ ਵਾਸਤੇ ਮੈਂ ਕਹਿ ਰਿਹਾ ਬਈ ਇਹ ਬੁਰਕਾ ਪੋਸ਼ ਤਕਰੀਬਨ 6 7 ਜਿਹੜੇ ਨੇ ਉਹਨਾਂ ਫੜੇ ਨੇ ਔਰ ਸਾਰੇ ਦੇ ਸਾਰੇ ਇਹ ਮੁੰਡੇ ਨਿਕਲੇ ਨੇ ਔਰ ਮੁੰਡੇ ਵੀ ਚੰਗੇ ਬਾਡੀ ਬਿਲਡਰ ਔਰ ਪੂਰਾ ਉਹਨਾਂ ਦਾ ਇੱਕ ਜਿਵੇਂ ਟ੍ਰੇਨਿੰਗ ਨਹੀਂ ਜਿਵੇਂ ਕਿਸੇ ਕੀਤੀ ਹੁੰਦੀ ਪੂਰੀ ਜੰਗ ਆਸਤੇ ਟ੍ਰੇਨਿੰਗ ਉਸ ਤਰ੍ਹਾਂ ਦੇ ਮੁੰਡੇ ਉਹ ਫੜੇ ਗਏ ਨੇ ਤੇ ਉਹਨਾਂ ਕੋਲੋਂ ਵੀ ਇੱਕ ਵਾਇਫ ਇਕੱਠੇ ਕੀਤੇ ਜਾ ਰਹੇ ਨੇ ਉਹ ਵੀ ਬਿਆਨات ਦੇ ਰਹੇ ਨੇ ਜੀ ਇਹ ਬੁਰਕਾ ਪੋਸ਼ ਫੌਜ ਜਿਹੜੀ ਇਹ ਨਿਆਜ਼ੀ ਨੇ ਦੁਬਾਰਾ 9 ਮਈ ਵਾਲਾ ਵਾਕਿਆ ਕਰਨ ਵਾਸਤੇ ਤਿਆਰ ਕਰ ਲਈ ਅਗਲੀ ਖਬਰ ਤੇ ਆਜੋ ਤੇ ਧਿਆਨ ਕਰ ਲੈਣਾ ਏਜੰਸੀਆਂ ਵਾਲਿਓ ਤੇ ਹਕੂਮਤ ਵਾਲਿਓ ਮਲਕ ریاض ਜਿਹੜਾ ਉਹ ਵਾਦਾ ਮਾਫ ਗਵਾ ਬਣਨ ਨੂੰ ਤਿਆਰ ਹੋ ਚੁੱਕਿਆ ਤੇ ਨਿਆਜ਼ੀ ਨੂੰ ਸਜ਼ਾਏ ਮੌਤ ਤੁਹਾਨੂੰ ਪਤਾ ਮਲਕ ریاض ਇੱਕ ਮੇਨ ਕਿਰਦਾਰ ਹੈ ਪਿਛਲੇ 4-5 ਸਾਲ ਦਾ ਔਰ ਨਿਆਜ਼ੀ ਔਰ ਪੀਰਨੀ ਗੋਗੀ ਇਹਨਾਂ ਸਾਰਿਆਂ ਦਾ ਇੱਕ ਸਾਹਬ ਦਾ ਹੋ ਤੁਸੀਂ ਕਹਿ ਲੋ ਕਿ ਇਹ ਜੇਬ ਸੀ ਜਾਂ ਜੇਬ ਦੀ ਹੱਥ ਦੀ ਘੜੀ ਸੀ ਜਾਂ ਇਹ ਇਹ ਮਤਲਬ ਕਿ ਉਹਨਾਂ ਦਾ ਇੱਕ ਖਜ਼ਾਨਾ ਸੀ ਉਹ ਆਪਣੇ ਕੰਮ ਕਰਵਾਏ ਜਾਂਦਾ ਸੀ ਇਹਨਾਂ ਨੂੰ ਪੈਸੇ ਸੁਠੇ ਜਾਂਦਾ ਸੀ ਉਹ ਆਪਣਾ ਹਰ ਦੋ ਨੰਬਰ ਕੰਮ ਕਰਵਾਉਂਦਾ ਸੀ ਇਹ 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 ਪੈਸੇ ਲੈਂਦੇ ਸੀ ਹੀਰਿਆਂ ਦੀਆਂ ਅੰਗੂਠੀਆਂ ਹੀਰਿਆਂ ਦੀਆਂ ਘੜੀਆਂ ਜਹਾਜ਼ ਪਤਾ ਨਹੀਂ ਕੀ ਕੀ ਜ਼ਮੀਨ ਪਲਾਟ ਪਲਾਜ਼ੇ ਜੋ ਵੀ ਇਹਨਾਂ ਨੇ ਲਿਆ ਉਹਦੇ ਕੋਲ ਉਹ ਉਹਦੀ ਹੁਣ ਕਿਦਰੇ ਵੀ ਪੇਸ਼ ਨਹੀਂ ਪਈ ਉਹ ਪਤਾ ਲੱਗਾ ਸੀ ਕਿ ਹਜ਼ਰਦਾਰੀ ਸਾਹਿਬ ਕੋਲੋਂ ਨੇ ਮਾਫੀਆਂ ਸ਼ਾਫੀਆਂ ਮੰਗੀਆਂ ਨੇ ਕਿ ਮੈਨੂੰ ਕਿਸੇ ਤਰੀਕੇ ਰਿਆਇਤ ਲੈ ਦੇਓ ਲੇਕਿਨ ਕਿਧਰੋਂ ਸ਼ਾਹਰੀ ਤੁਹਾਨੂੰ ਪਤਾ ਹੈ ਉਹ ਆਂਦੇ ਨੇ ਕਿ ਕਿਸੇ ਨੂੰ ਰਿਆਇਤ ਨਹੀਂ ਮਿਲਨੀ ਤੇ ਮਲਕ ਰਿਆਸ ਜਿਹੜਾ ਉਹ ਉਹਨੇ ਫਿਰ ਕਿਦਰੇ ਕਿਹਾ ਜੀ ਮੈਂ ਵਾਦਾ ਮਾਫ ਗਵਾ ਬੜਨਾ ਤੇ ਮੇਰੇ ਕੋਲ ਨਿਆਜ਼ੀ ਦਾ ਹਰ ਗੰਦਾ ਧੰਦਾ ਜਿਹੜਾ ਨਾ ਉਹ ਮੇਰੇ ਕੋਲ ਆ ਜੋ ਜੋ ਮੈਂ ਦਿੱਤਾ ਹੈ ਕਿਵੇਂ ਕਿਵੇਂ ਦਿੱਤਾ ਹੈ ਕਿੱਥੇ ਕਿੱਥੇ ਦਿੱਤਾ ਹੈ ਤੁਹਾਡੀ ਸੋਚ ਤੁਹਾਨੂੰ ਤੇ ਸਿਰਫ ਹੈ 60 ਅਰਬ ਨਜ਼ਰ ਪਿਆ ਹੁੰਦਾ ਨਾ ਉਹ ਜਿਹੜਾ ਕੇਸ ਆ ਬ੍ਰਿਟਾਨੀਆ ਵਾਲਾ ਇੱਥੇ ਤੇ ਮੈਂ ਪਤਾ ਨਹੀਂ ਕੀ ਕੀ ਦੇ ਚੁੱਕੇ ਆ ਤੇ ਮੈਂ ਤੁਹਾਨੂੰ ਸਾਰਾ ਕੁਝ ਦੱਸਣਾ ਲੇਕਿਨ ਸ਼ਰਤ ਇਹ ਵੀ ਕਿ ਮੈਨੂੰ ਮaaf ਕਰਨਾ ਹੈ ਔਰ ਮੈਨੂੰ ਪਾਕਿਸਤਾਨ ਵਿੱਚ ਕਾਰੋਬਾਰ ਕਰਨ ਤੋਂ ਨਹੀਂ ਰੋਕਣਾ ਤੇ ਇਹ ਮਲਕ ਰਿਆਸ ਜਿਹੜਾ ਇਹਨੇ ਇਹ ਆਫਰ ਕਰਾ ਦਿੱਤੀ ਇੱਕ ਮੈਂ ਵਾਦਾ ਮਾਫ ਗੁਆ ਬਣਨਾ ਮਤਲਬ ਕੀ ਹੈ ਕਿ ਅਗਰ ਮਲਕ ਰਿਆਜ਼ ਵਾਦਾ ਮਾਫ ਗਵਾ ਬਣ ਜਾਂਦਾ ਤੇ ਜ਼ਹਿਰੀ ਗਾਲੇ ਨਿਆਜ਼ੀ ਆਸਤੇ ਸਜ਼ਾਏ ਮੌਤ ਜਿਹੜੀ ਉਹ ਤੇ ਪੱਕੀ ਹੋ ਗਈ ਨਾ ਲਿਖੀ ਲਿਖ ਲਿਖੀ ਗਈ ਨਾ ਦੀਵਾਰ ਦੇ ਉੱਤੇ ਲਿਖੀ ਗਈ ਇਸ ਵਾਸਤੇ ਬੜੇ ਬੜੇ ਲੋਕ ਜਿਹੜੇ ਨੇ ਉਹ ਵਾਦਾ ਮਾਫ ਗਵਾ ਬਣਨ ਆਸਤੇ ਤਿਆਰ ਨੇ ਔਰ ਤਿਆਰੀ ਕਰਕੇ ਬੈਠੇ ਨੇ ਔਰ ਜਾਂ ਹੀ ਫੌਜੀ ਅਦਾਲਤ ਦੇ ਵਿੱਚ ਕੇਸ ਜਾਣਾ ਤੇ ਉੱਥੇ ਸਾਰਾ ਖਾਤਾ ਜਿਹੜਾ ਖਾਨ ਸਾਹਿਬ ਦਾ ਗੋਲ ਹੋ ਜਾਣਾ ਜਿਵੇਂ ਟਰੰਪ ਟਰੰਪ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਕਿ 100 ਸਾਲ ਸਜ਼ਾ ਉਹਨੂੰ ਅਮਰੀਕਾ ਚ ਹੋਣੀ ਹੈ ਉਥੇ ਵਕੀਲ ਇਹ ਗੱਲਾਂ ਕਰ ਰਹੇ ਨੇ ਅਮਰੀਕਾ ਦੇ ਵਿੱਚ ਕਿ ਇਹਨੂੰ 100 ਸਾਲ ਤੋਂ ਥੱਲੇ ਸਜ਼ਾ ਨਹੀਂ ਹੋ ਸਕਦੀ ਤੇ ਇਹੋ ਹੀ ਜੁਰਾਇਮ ਇਹਨੇ ਪਾਕਿਸਤਾਨ ਵਿੱਚ ਕੀਤੇ ਨੇ ਨਿਆਜ਼ੀ ਨੇ ਤੇ ਇਹਨੂੰ ਕਿਸ ਤਰ੍ਹਾਂ ਵੀ 20 ਕਿਸਾਲ ਤੋਂ ਥੱਲੇ ਸਜ਼ਾ ਜਿਹੜੀ ਇਹ ਹੋ ਸਕਦੀ ਹੈ ਇਹ ਗੱਲ ਤੁਸੀਂ ਸਮਝ ਲਓ ਅੱਗੇ ਆਜੋ ਸ਼ੁਜਾਤ हुसैन ਸਾਹਿਬ ਜਿਹੜੇ ਨੇ ਉਹਨਾਂ ਕੈਦੋਂ ਨੂੰ ਬਚਾ ਲਿਆ ਅੱਜ ਉਹਨਾਂ ਜੇਲ੍ਹ ਦੇ ਵਿੱਚ ਜਾ ਕੇ ਪ੍ਰਵੇਸ਼ ਲਾਇ ਨੂੰ ਨਵੇਂ ਕੱਪੜੇ ਕਮੀਜ਼ਾਂ ਪਰਫਿਊਮ ਸਾਬਣ ਤੇਲ ਤੌਲੀਆ ਦਿੱਤਾ ਔਰ ਉੱਥੇ ਜਾ ਕੇ ਉਹਦੀ ਕੋਦਾਦਰਸੀ ਕੀਤੀ ਉਹਨੂੰ 20 ਕਲਾਸ ਜੇਲ੍ਹ ਵੀ ਲੈ ਦਿੱਤੀ ਜਿੱਥੇ AC ਛੇਸੀਤੀ ਹੈ ਉਹ ਸਾਰਾ ਕੁਝ ਹੁੰਦਾ ਹੈ ਔਰ ਉਹਨੂੰ ਗੱਲ ਸਮਝਾਈਏ ਕਿ ਹੁਣ ਸੁਣਾ ਤੇ ਉਹ ਫਿਰ ਉੱਥੇ ਇਹੀ ਕਹਿੰਦਾ ਜੀ ਮੇਰੀ ਔਲਾਦ ਜਿਹੜੀ ਉਹ ਗਲਤ ਨਿਕਲਾਈਏ ਤੇ ਮੈਂ ਤੁਹਾਡੇ ਕੋਲ ਮਾਫੀ ਚਾਹਨਾ ਤੇ ਮੈਨੂੰ ਤੁਸੀਂ ਕਾਫਲੀ ਵਿੱਚ ਲੈ ਚੱਲੋ ਤੇ ਮੈਨੂੰ ਇੱਥੋਂ ਕਢਾਓ ਮੈਂ ਪ੍ਰੈਸ ਕਾਨਫਰੰਸ ਕਰਨਾ ਤੇ ਹੋ ਸਕਦਾ ਹੈ ਅਗਲੇ 2-4 ਦਿਨਾਂ ਚ ਜਾਂ 8-10 ਦਿਨਾਂ ਦੇ ਵਿੱਚ Eid ਤੋਂ ਪਹਿਲੇ-ਪਹਿਲੇ پرویز ਲਈ ਆਏ ਔਰ ਪ੍ਰੈਸ ਕਾਨਫਰੰਸ ਕਰੇ ਔਰ ਨਿਆਜ਼ੀ ਨੂੰ ਮੁਲਕ ਦੁਸ਼ਮਣ ਔਰ ਪਤਾ ਨਹੀਂ ਕੀ-ਕੀ اقرار ਦੇਵੇ ਤੇ ਉਸ ਤੋਂ ਬਾਅਦ ਚੁੱਪ ਕਰਕੇ ਜਿਹੜਾ ਨਾ ਖੁੱਡੇ ਲੈਨ ਸਾਈਡ ਤੇ ਹੋ ਕੇ ਲੱਗ ਜਾਏ ਇਹ ਹੋ ਸਕਦਾ ਹੈ ਠੀਕ ਹੈ ਨਾ ਅਗਲੀ ਖਬਰ ਇਹ ਕਿ ਵਜ਼ੀਰ ਆਜ਼ਮ ਨਗਰਾਨ ਦਾ ਨਾਇਮ ਜਿਹੜਾ ਹੈ ਉਹ ਫਾਈਨਲ ਹੋ ਗਿਆ ਇਹ ਉਨ ਤਰੀਕੇ ਇਨਸਾਫ ਦੀ ਸੋਸ਼ਲ ਮੀਡੀਆ ਜਿਹੜੀ ਬਾਹਰ ਬੈਠੀ ਹੈ ਸ਼ਹੀਨ ਸੁਬਾਈ ਅਰੀ ਔਰ ਉਹ ਜਿੰਨੇ ਵੀ ਸਾਬਰੇ ਸ਼ਾਕਰ ਅਰੀ ਹੈ ਸਾਰੇ ਲੋਕ ਇਸ ਇਸ ਗੱਲ ਦਾ ਤਾਂ ਸਾਰਿਆਂ ਨੂੰ ਪਤਾ ਹੈ ਕਿ ਤਿੰਨ ਨਾਮ ਜਿਹੜੇ ਨੇ ਹੁਕਮ ਦੇ ਨੇ ਪੇ ਮਾਰਕੀਟ ਦੇ ਵਿੱਚ ਇੱਕ ਗੋਰ ਅਜਾਜ਼ ਸਾਹਿਬ ਨੇ ਇੱਕ ਪ੍ਰਿੰਸੀਪ ਫਵਾਦ हसन ਫਵਾਦ ਸਾਹਿਬ ਨੇ ਔਰ ਇੱਕ ਮੋਸਨ ਬੇਗ ਸਾਹਿਬ ਨੇ ਇਹ ਇਹ ਨਾਮ ਤੇ ਪਿਛਲੇ ਹਫਤੇ ਡੇਢ ਤੋਂ ਹੁਕਮ ਦੇ ਨੇ ਪੇ ਲੇਕਿਨ ਤਰੀਕੇ ਇਨਸਾਫ ਦੀ ਜਿਹੜੀ ਸੋਸ਼ਲ ਮੀਡੀਆ ਉਹ ਇਮਰਾਨ ਖਾਨ ਦੀਆਂ ਚੀਕਾਂ ਕਢਾਣ ਵਾਸਤੇ ਉਹ ਇਸ ਗੱਲ ਦੇ ਉੱਤੇ ਜ਼ੋਰ ਲਾ ਰਹੇ ਨੇ ਕਿ ਮੋਹਸਨ ਬੇਗ ਸਾਹਿਬ ਅਗਲੇ ਵਜ਼ੀਰ ਆਜ਼ਮ ਆ ਰਹੇ ਨੇ ਨਗਰਾਨ ਔਰ ਉਹਨਾਂ ਨੇ ਆ ਕੇ ਜਿਹੜੀ ਮੰਜੀ ਠੋਕਣੀ ਹੈ ਖਾਨ ਸਾਹਿਬ ਦੀ ਉਹ ਉਹਨਾਂ ਦੀ ਪੁੱਲ ਤੇ ਇਹ ਜਿਹੜੇ ਸਾਹਿਬ ਨੇ ਆਰਮੀ ਚੀਫ ਸਾਹਿਬ ਦੇ ਵੀ ਦੋਸਤ ਨੇ ਇਸ ਗੱਲ ਦਾ ਤਾਂ ਸਾਨੂੰ ਪਤਾ ਹੈ ਕਿ ਉਹ ਆਰਮੀ ਚੀਫ ਸਾਹਿਬ ਦੇ ਦੋਸਤ ਨੇ ਕਿਸੇ ਦਾ ਦੋਸਤ ਹੋਣਾ ਕੋਈ ਐਸਾ ਤਾਂ ਕੋਈ ਮਸਲਾ ਮਸਾਇਲ ਨਹੀਂ ਹੁੰਦਾ ਤੇ ਬਹਰਲ ਇਹ ਤਰੀਕੇ ਇਨਸਾਫ ਵਾਲੇ ਜਿਹੜੇ ਨੇ ਇਹ ਤੁਮਾਰ ਹੈ ਨੇ ਕਿ ਇਹ ਮੋਸਨ ਬੇਗ ਸਾਹਿਬ ਜਿਹੜੇ ਨੇ ਉਹ ਨਿਗਰਾਨ ਵਜ਼ੀਰ ਆਜ਼ਮ ਹੋਣਗੇ ਹੋ ਸਕਦਾ ਇਸ ਗੱਲ ਦੇ ਵਿੱਚ ਕੋਈ ਸਚਾਈ ਵੀ ਹੋਏ ਕਿਦਰੇ ਨਾ ਕਿਦਰੇ ਇਹ ਫੈਸਲਾ ਹੋ ਚੁੱਕਿਆ ਹੋਵੇ ਲੇਕਿਨ ਹਜੇ ਮੁਸ਼ਾਵਰਤ ਦਾ ਅਮਲ ਹੀ ਸ਼ੁਰੂ ਨਹੀਂ ਹੋਇਆ ਤੇ ਅਸੀਂ ਕਿਸ ਤਰ੍ਹਾਂ ਇਹਦੇ ਤੇ ਯਕੀਨ ਕਰ ਸਕਦੇ ਹਾਂ ਕਿਉਂਕਿ ਅਜੇ ਸ਼ਬਾਸ਼ ਸ਼ਰੀਫ ਸਾਹਿਬ ਨੇ ਬਰਤਾਨੀਆ ਜਾਣਾ ਅੱਜ ਕੱਲ੍ਹ ਚ ਮੀਆਂ ਨਵਾਜ਼ ਸ਼ਰੀਫ ਸਾਹਿਬ ਨਾਲ ਮਿਲਣਾ ਜ਼ਰਦਾਰੀ ਸਾਹਿਬ ਨੇ ਦੁਬਈ ਤੋਂ ਪਾਕਿਸਤਾਨ ਚ ਆਣਾ ਹੈ ਪੀਡੀਐਮ ਨੇ ਔਰ ਪੀਪਲਸ ਪਾਰਟੀ ਨੇ ਬੈ ਕੇ ਸਰਿਕਲ ਇਹ ਸਾਰੇ ਫੈਸਲੇ ਕਰਨੇ ਨੇ اپੋਜੀਸ਼ਨ ਦੇ ਨਾਲ ਰਾਜਾ ਰਿਆਜ਼ ਨਾਲ ਇਹ ਸਾਰੀਆਂ ਗੱਲਾਂ ਅਜੇ ਹੋਣੀਆਂ ਨੇ ਇਲੈਕਸ਼ਨ ਕਮਿਸ਼ਨ ਅੱਗੇ ਪਿੱਛੇ ਫੌਜ ਆਰਮੀ ਚੀਫ ਇਸਟੈਬਲਿਸ਼ਮੈਂਟ ਹੋਰ ਸਾਰੇ ਜਿਹੜੇ ਸਟੇਟ ਦੇ ਇਹ ਸਾਰੇ ਪਿਲਰ ਹੁੰਦੇ ਨੇ ਨਾ ਬਹਿ ਕੇ ਤੇ ਇਹ ਫੈਸਲਾ ਕਰਨਾ ਇਹ ਕੋਈ ਅਮਰੀਕਾ ਦੇ ਵਿੱਚ ਬੈਠੀ ਸੋਸ਼ਲ ਮੀਡੀਆ ਦੀ ਜਿਹੜੀ ਟੀਮ ਹੈ ਇਸ ਤਰੀਕੇ ਇਨਸਾਫ ਦੀ ਉਹਨਾਂ ਤੇ ਨਹੀਂ ਕਰਨਾ ਉਹ ਬਹਰ ਇਹਦੀ ਆਪਣੀ ਟੀਮ ਇਹਨੂੰ ਡਰਾ ਰਹੀ ਹੈ ਕਿ ਜੇ ਮੋਸਨ ਬੇਗ ਆ ਗਿਆ ਤੇ ਉਹਨੇ ਆ ਕੇ ਤੇ ਸਾਰਾ ਛਾਬੜਾ ਜਿਹੜਾ ਨਾ ਉਹ ਚੁੱਕ ਦੇਣਾ ਤੇ ਬਾਰੇ ਇਹ 3-4 ਗੱਲਾਂ ਸੀ ਨਿਆਸੀ ਜਿਹੜਾ ਬੁਰਕਾ ਪੋਸ਼ ਫੌਜ ਜ਼ਮਾਨਪਾਰਕ ਦੇ ਵਿੱਚ ਤਿਆਰ ਕਰਦਾ ਪਿਆ ਧਿਆਨ ਸ਼ਾਹ ਜੀ ਆਪਣਾ ਪੂਰਾ ਕਰ ਲਿਆ ਜੇ ਲਾਹੌਰ ਦੇ ਵਿੱਚ ਵੀ ਇਹਨਾਂ ਦਾ ਕੱਟ ਹੁੰਦਾ ਜੇ ਡਿਫੈਂਸ ਦੇ ਵਿੱਚ ਵੀ ਸੱਜੇ ਖੱਬੇ ਵੀ ਕੁਝ ਲੋਕ ਹਜੇ ਇਹ ਕੰਮ ਕਰ ਰਹੇ ਨੇ ਔਰ ਲਾਹੌਰ ਦੇ ਵਿੱਚ ਵੀ ਕਰ ਰਹੇ ਨੇ ਔਰ ਜ਼ਮਾਨਪਾਰਕ ਦੇ ਵਿੱਚ ਵੀ ਲੋਕ ਜਮ੍ਹਾਂ ਨੇ ਇਹ ਮਨਸੂਬਾਬੰਦੀ ਇਹ ਪੂਰੀ ਪੈ ਕਰਦੇ ਜੇ ਪੈਸਾ ਇਹਨਾਂ ਕੋਲ ਬੇਤਹਾਸ਼ਾ ਸੋਸ਼ਲ ਮੀਡੀਆ ਇਸਤੇਮਾਲ ਕਰ ਰਹੇ ਨੇ ਔਰ ਬਾਹਰ ਦੇ ਆਲਕਾਂ ਵਿੱਚ ਨਾਲ ਵੀ ਰफ्ते ਚ ਨੇ ਸਜੇ ਖੱਬੇ ਧਿਆਨ ਪੂਰਾ ਕਰ ਲੈਣਾ ਛਾਪਾ ਮਾਰ ਕੇ ਈਦ ਤੋਂ ਪਹਿਲੋ ਜਿਹੜਾ ਵੀ ਕੋ ਉਥੇ ਬੁਰਕਾ ਪੋਸ਼ ਮੌਜੂਦ ਹੈ ਉਹਨੂੰ ਸ਼ਾਜੀ ਗ੍ਰਿਫਤਾਰ ਕਰ ਲਓ ਤੇ ਉਹਨੂੰ ਈਦ ਤੇ ਆਪਣੇ ਘਰ ਕਰ ਲਓ ਬਹੁਤ ਸ਼ੁਕਰੀਆ